ਬੀਤੇ ਦਿਨੀ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਨਾਲ ਵਾਪਰੀ ਬਲਾਤਕਾਰ ਅਤੇ ਹੱਤਿਆ ਦੀ ਘਿਨੌਣੀ ਘਟਨਾ ਦੇ ਵਿਰੋਧ ਵਿੱਚ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਲਾਗੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ, ਨੂਰਪੁਰ ਬੇਦੀ ਅਤੇ ਨੰਗਲ ਦੇ ਨੀਵਾਂ ਡਾਕਟਰਾਂ ਵੱਲੋਂ ਆਪਣੀਆਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਉੱਥੇ ਹੀ ਹੱਥਾਂ ਵਿੱਚ ਬੈਨਰ ਫੜ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੌਰਾਨ ਵਧੇਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਕੇਸ਼ ਟੰਡ ਨੇ ਕਿਹਾ ਕਿ ਵੈਸਟ ਬੰਗਾਲ ਵਿੱਚ ਵਾਪਰੀ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਹੈਵਾਨੀਅਤ ਭਰੀ ਘਟਨਾ ਦਾ ਵਿਰੋਧ IMA, ਡਾਕਟਰ ਵਰਗ, ਨੀਮਾ ਅਤੇ ਆਯੂਸ਼ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾਕਟਰ ਵਿਸ਼ਾਲ ਜਗੋਤਾ, ਡਾਕਟਰ ਪਰਮਿੰਦਰ ਸ਼ਰਮਾ, ਡਾਕਟਰ ਅਛਰ ਸ਼ਰਮਾ, ਡਾਕਟਰ ਮਨੋਜ ਕੌਸ਼ਲ, ਡਾਕਟਰ ਪ੍ਰਦੀਪ ਕੌਸ਼ਲ, ਡਾਕਟਰ ਮਹਿੰਦਰਪਾਲ ਸਿੰਘ, ਡਾਕਟਰ ਰਾਹੁਲ ਸ਼ਰਮਾ, ਡਾਕਟਰ ਸ਼ਮਸ਼ੇਰ ਸਿੰਘ, ਡਾਕਟਰ ਵਰਿਆਮ ਸਿੰਘ, ਡਾਕਟਰ ਰਾਕੇਸ਼ ਰਾਣਾ, ਡਾਕਟਰ ਮਨਜੀਤ, ਡਾਕਟਰ ਸੁਖਬੀਰ ਅਤੇ ਡਾਕਟਰ ਵਿਪਨ ਰਾਣਾ ਆਦਿ ਵੀ ਮੌਜੂਦ ਸਨ। ਅਨੰਦਪੁਰ ਸਾਹਿਬ ਵੱਲੋਂ ਜੋ ਇੱਕ ਬਹੁਤ ਅਣਹੋਣੀ ਘਟਨਾ ਵੈਸਟ ਬੰਗਾਲ ਦੇ ਵਿੱਚ ਵਾਪਰੀ, ਜੋ ਕਿ ਬਹੁਤ ਹੀ ਨਿੰਦਣੀ ਹੈ ਔਰ ਬਹੁਤ ਹੀ ਬੜਾ ਅਪਰਾਧ ਹੋਇਆ, ਜਿਹਦੇ ਨਾਲ ਇੱਕ ਲੇਡੀ ਡਾਕਟਰ ਦੇ ਉੱਤੇ ਮਰਡਰ ਕੀਤਾ ਗਿਆ, ਉਸ 'ਤੇ ਰੇਪ ਕੀਤਾ ਗਿਆ ਔਰ ਬਹੁਤ ਹੀ ਕਰੂਅਲ ਜੋ ਕਹਿ ਸਕਦੇ ਹੈ ਉਸ ਦੇ ਉੱਤੇ ਉੱਥੇ ਦੇ ਲੋਕਾਂ ਨੇ ਜਾਂ ਉੱਥੇ ਦੇ ਗੁੰਡਿਆਂ ਨੇ ਕੀਤਾ ਔਰ ਉੱਥੇ ਦੀ ਸਰਕਾਰ ਨੇ ਕੋਈ ਵੀ ਐਕਸ਼ਨ ਉੱਥੇ ਦੇ ਡਾਕਟਰਾਂ ਵੱਲੋਂ, ਉੱਥੇ ਦੇ IMA ਵੱਲੋਂ, ਉੱਥੇ ਦੇ ਨੀਮਾ ਵੱਲੋਂ, ਉੱਥੇ ਦੇ ਆਯੁਸ਼ ਵੱਲੋਂ ਪੁਰਜ਼ੋਰ ਵਿਰੋਧ ਕਰਨ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ, ਜਿਸ ਤੋਂ ਮਜਬੂਰ ਹੋ ਕੇ ਨੀਮਾ, IMA ਔਰ IMA ਵੱਲੋਂ ਪੂਰਾ ਹਿੰਦੁਸਤਾਨ ਦੇ ਵਿੱਚ ਅੱਜ OPD ਸੇਵਾਵਾਂ ਬੰਦ ਰੱਖੀਆਂ ਗਈਆਂ। ਉਸੇ ਉਪਲਕਸ਼ ਦੇ ਵਿੱਚ ਸਾਡਾ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਔਰ ਨੰਗਲ ਦੇ ਜਿੰਨੇ ਵੀ ਸਾਡੇ ਨੀਮਾ ਦੇ ਮੈਂਬਰ ਹੈ, ਸਭ ਨੇ ਆਪਣੀਆਂ OPD ਦੀਆਂ ਸੇਵਾਵਾਂ ਜਿਹੜੀਆਂ ਅੱਜ ਬੰਦ ਰੱਖੀਆਂ ਔਰ ਅਸੀਂ ਇਸ ਚੀਜ਼ ਦੀ ਡਿਮਾਂਡ ਰੱਖਦੇ ਹਾਂ ਕਿ ਜੋ ਵੀ ਦੋਸ਼ੀ ਹਨ ਜਿਨ੍ਹਾਂ ਨੇ ਇਹ ਘੋਰ ਅਨਿਆਏ ਕੀਤਾ ਔਰ ਜਿਨ੍ਹਾਂ ਨੇ ਇਹ ਲੇਡੀ ਡਾਕਟਰ ਦੀ ਹੱਤਿਆ ਕੀਤੀ ਔਰ ਉਸ ਦੇ ਉੱਤੇ ਗੁੰਡਾ ਹਮਲਾ ਕੀਤਾ, ਉਹਨਾਂ ਦੋਸ਼ੀਆਂ ਦੇ ਵਿਰੁੱਧ ਚਾਹੇ ਉਹ 100 ਹੈ, ਚਾਹੇ ਉਹ 200 ਹੈ, ਚਾਹੇ ਉਹ 500 ਹੈ, ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਹੈ ਸਰਕਾਰ ਵੱਲੋਂ ਕੀਤੀ ਹੋਣੀ ਚਾਹੀਦੀ ਹੈ ਔਰ ਨਾਲ ਹੀ ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹੈ, ਜਿਹਦੇ ਨਾਲ ਕਿ ਕੋਈ ਨਰਸਿੰਗ ਹੋਮ ਹੋਸਪਿਟਲ ਐਕਟ ਬਣਾਇਆ ਜਾਵੇ ਜਿਹਦੇ ਨਾਲ ਕਿਸੇ ਵੀ ਡਾਕਟਰ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ ਔਰ ਕਿਸੇ ਡਾਕਟਰ ਦੀ ਅਨਿਆਈ ਮੌਤ ਨਾ ਆਵੇ ਔਰ ਕਿਸੇ ਡਾਕਟਰ ਦੇ ਉੱਤੇ ਹਮਲਾ ਨਾ ਹੋਵੇ, ਕਿਸੇ ਹੋਸਪਿਟਲ ਦੇ ਉੱਤੇ ਹਮਲਾ ਨਾ ਹੋਵੇ। ਕੋਈ ਡਾਕਟਰ ਜਾਂ ਕੋਈ ਪ੍ਰੈਕਟੀਸ਼ਨਰ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਮੇਰੇ ਮਰੀਜ਼ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਅਣਹੋਣੀ ਹੋਵੇ ਜਾਂ ਮੇਰੇ ਮਰੀਜ਼ ਦੇ ਨਾਲ, ਹਮੇਸ਼ਾ ਆਖਰੀ ਦਮ ਤੱਕ ਡਾਕਟਰ ਲੜਦਾ ਹੈ ਔਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਅਸੀਂ ਅੱਜ ਮੇਰੇ ਜਿੰਨੇ ਸਾਥੀ ਇਕੱਠੇ ਹੋਏ ਹੈ ਇਹਨਾਂ ਦੇ ਬਿਹਾਫ ਦੇ ਉੱਤੇ ਦੁਬਾਰਾ ਫਿਰ ਅਸੀਂ ਇਸ ਚੀਜ਼ ਦੀ ਡਿਮਾਂਡ ਕਰਦੇ ਹਾਂ
ਕਿ ਇਹ ਜੋ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਔਰ ਉਹਨਾਂ ਨੂੰ ਚੁਰਾਹੇ ਦੇ ਵਿੱਚ ਖੜ੍ਹੇ ਕਰਕੇ, ਮੈਂ ਤਾਂ ਕਹਿੰਦਾ ਕਿ ਫਾਂਸੀ ਦੀ ਸਜ਼ਾ ਦੇ ਕੇ ਚੁਰਾਹੇ ਦੇ ਵਿੱਚ ਖੜ੍ਹਾ ਕਰਕੇ ਉਹਨਾਂ ਨੂੰ ਲਟਕਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਜਿਹੜੇ ਅਪਰਾਧੀ ਹੈ ਉਹਨਾਂ ਨੂੰ ਇੱਕ ਸਬਕ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੱਦਾਂ ਦੀ ਅਪਰਿਆ ਜੋ ਜਿਸ ਤਰ੍ਹਾਂ ਦੀ ਵੀ ਘਟਨਾ ਹੋਈ ਹੈ ਇਸ ਤਰ੍ਹਾਂ ਦੀ ਕੋਈ ਘਟਨਾ, ਮਾੜੀ ਘਟਨਾ ਨਾ ਹੋਵੇ। ਔਰ ਜਿਹੜੇ ਸਾਡੇ ਡਾਕਟਰਸ ਹੈਗੇ ਹੈ ਉਹਨਾਂ ਦੀ ਰਿਸਪੋਂਸੀਬਿਲਟੀ ਵੀ ਸਰਕਾਰ ਨੂੰ ਔਰ ਸਾਡੀ ਪੁਲਿਸ ਨੂੰ ਔਰ ਸਾਡੀ ਸਿਕਿਉਰਿਟੀ ਜਿਹੜੀ ਹੈਗੀ ਹੈ ਯਕੀਨਨ ਬਣਾਇਆ ਜਾਵੇ ਕਿ ਉਹਨਾਂ ਦੇ ਉੱਤੇ ਅੱਗੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਐਸਾ ਕੋਈ ਅਤਿਆਚਾਰ ਨਾ ਹੋਵੇ। ਨੀਮਾ ਅਨੰਦਪੁਰ ਸਾਹਿਬ, ਨੀਮਾ ਨੂਰਪੁਰ ਬੇਦੀ, IMA ਜਾਂ ਸਾਰੀਆਂ ਸੰਸਥਾਵਾਂ ਜੋ ਵੀ ਇਸ ਘੋਰ ਅਪਰਾਧ ਕਰਕੇ ਅੱਜ ਇਕੱਠੇ ਹੋਏ ਹੈ, ਸਾਰੇ ਡਾਕਟਰਸ ਜਿਨ੍ਹਾਂ ਨੇ ਆਪਣੀਆਂ ਓਪਨਿੰਗਜ਼ ਬੰਦ ਕੀਤੀਆਂ ਹੈ, ਉਹਦਾ ਮੇਨ ਉਦੇਸ਼ ਸਰਕਾਰ ਨੂੰ ਇਸ ਚੀਜ਼ ਦੇ ਲਈ ਜਾਗਰੂਕ ਕਰਨਾ ਹੈ ਕਿ ਉਹ ਡਾਕਟਰਸ ਦੀ, ਨਰਸਿਸ ਦੀ ਔਰ ਮਹਿਲਾਵਾਂ ਦੀ ਜਿੰਨਾ ਹੋ ਸਕੇ ਇੱਕ ਕਾਨੂੰਨ ਬਣਾਉਣ ਤਾਂ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਕਰਨ ਤੋਂ ਕੋਈ ਵੀ ਬੰਦਾ ਡਰੇ ਔਰ ਹਰ ਬੰਦਾ ਇਸ ਚੀਜ਼ ਨੂੰ, ਹਰ ਲੇਡੀਜ਼ ਚਾਹੇ ਉਹ ਇੱਕ ਨਰਸ ਹੈ, ਡਾਕਟਰ ਹੈ, ਆਪਣੇ ਆਪ ਨੂੰ ਭਾਰਤ ਦੇ ਨਕਸ਼ੇ ਦੇ ਵਿੱਚ ਮਹਿਫੂਜ਼ ਸਮਝਣ। ਇਹੀ ਅੱਜ ਸਾਡੇ ਸਾਰਿਆਂ ਦੇ ਇਕੱਠੇ ਹੋਣ ਦਾ ਮੇਨ ਉਦੇਸ਼ ਸੀਗਾ। ਅਸੀਂ ਚਾਹਵਾਂਗੇ ਕਿ ਸਰਕਾਰ ਇਸ 'ਤੇ ਭਵਿੱਖ ਵਿੱਚ ਕੋਈ ਛੇਤੀ ਅੱਛਾ ਕਦਮ ਚੱਕੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਡਾਕਟਰਸ ਇਸ ਚੀਜ਼ ਵੱਲੋਂ ਮਹਿਫੂਜ਼ ਹੋ ਜਾਣ। ਥੈਂਕ ਯੂ।